ਹਾਂਜੀ ਸਟੂਡੈਂਟਸ, ਵੈਲਕਮ ਕਰਦੇ ਹਾਂ ਤੁਹਾਡਾ ਤੂਰ ਸਟੱਡੀ ਕਲਾਸ ਯੂਟਿਊਬ ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਅਲਾਊਦੀਨ ਖਿਲਜੀ ਵਾਲਾ ਟੋਪਿਕ ਕਰਾਂਗੇ। ਅਲਾਊਦੀਨ ਖਿਲਜੀ ਦੇ ਆਰਥਿਕ ਸੁਧਾਰ। ਅਲਾਊਦੀਨ ਖਿਲਜੀ ਦੇ ਆਰਥਿਕ ਸੁਧਾਰਾਂ ਨੂੰ ਮਾਰਕੀਟ ਸੁਧਾਰ ਵੀ ਕਹਿ ਲੈਂਦੇ ਨੇ, ਠੀਕ ਹੈ, ਜਾਂ ਮੰਡੀ ਸੁਧਾਰ ਵੀ ਕਹਿ ਲੈਂਦੇ ਨੇ। ਆਰਥਿਕ ਸੁਧਾਰ, ਮੰਡੀ ਸੁਧਾਰ ਜਾਂ ਜਿਹੜੇ ਕਿ ਮਾਰਕੀਟ ਸੁਧਾਰ। ਪਹਿਲਾਂ ਇਹ ਸੁਧਾਰਾਂ ਨੂੰ ਕਰਨ ਤੋਂ ਪਹਿਲਾਂ ਆਪਾਂ ਇਹ ਕਰਾਂਗੇ ਕਿ ਸੁਧਾਰ ਸ਼ੁਰੂ ਕਿਉਂ ਕੀਤੇ ਗਏ, ਕੀ ਉਦੇਸ਼ ਰੱਖ ਕੇ ਸ਼ੁਰੂ ਕੀਤੇ ਗਏ, ਠੀਕ ਹੈ। ਫਿਰ ਆਪਾਂ ਸੁਧਾਰ ਕਿਹੜੇ ਕਿਹੜੇ ਉਹ 'ਚ ਕੀਤੇ ਗਏ, ਕਿਹੜੇ ਕਿਹੜੇ ਆਰਥਿਕ ਸੁਧਾਰ ਕੀਤੇ ਗਏ, ਫਿਰ ਇਹਨਾਂ ਦਾ ਕੀ ਲਾਭ ਸੀ, ਲਾਭ ਨੂੰ ਗੁਣ ਵੀ ਕਹਿ ਸਕਦੇ ਆਪਾਂ, ਅਤੇ ਕੀ ਔਗੁਣ ਨਿਕਲੇ। ਹਾਂਜੀ, ਪਹਿਲਾਂ ਪੁਆਇੰਟ ਆਪਾਂ ਕਰਦੇ ਹਾਂ, ਅਤੇ ਇਹਦੇ ਵਿੱਚ ਜਾਣ ਪਛਾਣ ਦੇ ਵਿੱਚ ਤੁਸੀਂ ਜਿਹੜਾ ਇਹ ਕੁਸ਼ਚਨ ਆਓ ਕਰਨਾ ਹੈ, ਤਾਂ ਇਹਦੇ ਵਿੱਚ ਜਾਣ ਪਛਾਣ ਦੇ ਵਿੱਚ ਪਹਿਲਾਂ ਤੁਸੀਂ ਅਲਾਊਦੀਨ ਖਿਲਜੀ ਬਾਰੇ ਜਿੰਨੇ ਵੀ ਤੁਹਾਨੂੰ ਹੈ ਕਿ ਖਿਲਜੀ ਵੰਸ਼ ਦੇ ਵਿੱਚੋਂ ਸੀ ਅਲਾਊਦੀਨ ਖਿਲਜੀ, ਪਹਿਲਾਂ ਜਲਾਲੂਦੀਨ ਖਿਲਜੀ ਸੀ, ਫਿਰ ਜਿਹੜੇ ਕਿ ਅਲਾਊਦੀਨ ਖਿਲਜੀ ਆਇਆ, ਜਲਾਲੂਦੀਨ ਖਿਲਜੀ ਦਾ ਇਹ ਜਵਾਈ ਸੀ ਅਲਾਊਦੀਨ ਖਿਲਜੀ, ਠੀਕ ਹੈ। ਜਿੰਨੀ ਵੀ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਉਹ ਤੁਸੀਂ ਜਾਣ ਪਛਾਣ 'ਚ ਦੇਣੀ ਹੈ। ਦੈਨ ਉਸ ਤੋਂ ਬਾਅਦ ਫਿਰ ਤੁਸੀਂ ਲਿਖਣਾ ਕਿ ਆਰਥਿਕ ਸੁਧਾਰ ਕਰਨ ਦੇ ਕੀ ਕਾਰਨ ਸੀ, ਕਿਉਂ ਆਰਥਿਕ ਸੁਧਾਰ ਕੀਤੇ, ਕੀ ਰੀਜ਼ਨ ਸੀ। ਤਾਂ ਆਰਥਿਕ ਸੁਧਾਰ ਕਰਨ ਦਾ ਪਹਿਲਾ ਕਾਰਨ ਕੀ ਸੀ, ਕਿ ਸੈਨਿਕ ਕਾਰਨ, ਸੈਨਿਕ ਕਾਰਨ। ਤਾਂ ਆਰਥਿਕ ਸੁਧਾਰਾਂ ਦੇ ਕਾਰਨ ਜਾਂ ਉਦੇਸ਼, ਮਤਲਬ ਕਿ ਆਰਥਿਕ ਸੁਧਾਰ ਕਿਉਂ ਕੀਤੇ ਗਏ, ਕੀ ਉਦੇਸ਼ ਰੱਖ ਕੇ ਕੀਤੇ ਗਏ ਜਾਂ ਕੀ ਕਾਰਨ ਸੀ। ਤਾਂ ਪਹਿਲਾਂ ਕੀ ਆ, ਸੈਨਿਕ ਕਾਰਨ। ਅਲਾਊਦੀਨ ਖਿਲਜੀ ਦੇ ਸਮੇਂ ਜਿਹੜੇ ਕਿ ਮੰਗੋਲ ਸੀ, ਉਹਨਾਂ ਦੇ ਨਿਰੰਤਰ ਹਮਲੇ, ਲਗਾਤਾਰ ਹਮਲੇ ਹੁੰਦੇ ਸੀ, ਤਾਂ ਇਹਨਾਂ ਹਮਲਿਆਂ ਤੋਂ ਸੁਰੱਖਿਅਤ ਹੋਣ ਦੇ ਲਈ ਇੱਕ ਬਹੁਤ ਵੱਡੀ ਸੈਨਾ ਦੀ ਜ਼ਰੂਰਤ ਸੀ। ਤਾਂ ਪਰ ਰਾਜ ਦੇ ਕੋਲ ਇੰਨੀ ਜ਼ਿਆਦਾ ਜਿਹੜੀ ਕਿ ਆਮਦਨ ਨਹੀਂ ਸੀ ਕਿ ਐਡੀ ਵੱਡੀ ਸੈਨਾ ਨੂੰ ਉਚਿਤ ਰੂਪ ਦੇ ਵਿੱਚ ਜਿਹੜੀ ਕਿ ਤਨਖਾਹ ਦਿੱਤੀ ਜਾ ਸਕੇ, ਜਿਸ ਕਰਕੇ ਉਚਿਤ ਤਨਖਾਹ ਦਿੱਤੇ ਬਿਨਾਂ ਹੀ ਸੈਨਿਕਾਂ ਦਾ ਜੀਵਨ ਵਧੀਆ ਢੰਗ ਦੇ ਨਾਲ ਚਲਾਉਣ ਦੇ ਲਈ ਅਤੇ ਉਹਨਾਂ ਦੇ ਰਾਜ ਦੇ ਪ੍ਰਤੀ ਵਫ਼ਾਦਾਰੀ ਨੂੰ ਕਾਇਮ ਰੱਖਣ ਦੇ ਲਈ ਅਲਾਊਦੀਨ ਖਿਲਜੀ ਨੇ ਜਿਹੜੇ ਦੈਨਿਕ ਜਿਹੜੀਆਂ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਸੀ ਉਹਨਾਂ ਦੇ ਵਿੱਚ ਸੁਧਾਰ ਕੀਤੇ, ਉਹਨਾਂ ਦੀਆਂ ਕੀਮਤਾਂ ਨੂੰ ਘੱਟ ਕਰਨ ਦਾ ਸੋਚਿਆ, ਜਿਹਦੇ ਨਾਲ ਜਿਹੜੇ ਕਿ ਨਾਲ ਦੀ ਨਾਲ ਸੈਨਿਕਾਂ ਨੂੰ ਵੀ ਜਿਹੜੀ ਤਨਖਾਹ ਮਿਲੂਗੀ, ਜਿੰਨੀ ਬੇਸ਼ੱਕ ਘੱਟ ਮਿਲੂਗੀ, ਤਾਂ ਉਹਦੇ ਨਾਲ ਉਹ ਆਪਣੇ ਸਾਰੇ ਜੀਵਨ ਦੀਆਂ ਜਿਹੜੀ ਨਿਰਵਾਹ ਵਾਲੀਆਂ ਚੀਜ਼ਾਂ ਨੂੰ ਸਾਰੀਆਂ ਖਰੀਦ ਸਕਣਗੇ। ਮੰਨ ਲਓ ਕਿਸੇ ਨੂੰ 5 ਰੁਪਏ ਆਪਾਂ ਤਨਖਾਹ ਦੇ ਰਹੇ ਹਾਂ, ਤਾਂ ਜਿਹੜੀਆਂ ਬਾਕੀ ਚੀਜ਼ਾਂ ਨੇ ਉਹ ਬਹੁਤ ਜਦੋਂ ਆਪਾਂ ਸਸਤੀਆਂ ਕਰ ਦਾਂਗੇ ਤਾਂ 5 ਰੁਪਏ ਦੇ ਵਿੱਚ ਵੀ ਸਾਰੀਆਂ ਚੀਜ਼ਾਂ ਖਰੀਦ ਸਕੂਗਾ, ਠੀਕ ਹੈ। ਇਹੀ ਚੀਜ਼ ਚਲਾਈ ਅਲਾਊਦੀਨ ਖਿਲਜੀ ਨੇ, ਮਤਲਬ ਕਿ ਬੇਸ਼ੱਕ ਸੈਨਿਕਾਂ ਨੇ ਤਨਖਾਹ ਨਹੀਂ ਉਹਨੇ ਵਧਾਈ, ਪਰ ਜਿਹੜੇ ਆਰਥਿਕ ਚੀਜ਼ਾਂ ਸੀ ਜਿਹੜੀਆਂ ਦੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜ਼ਰੂਰਤ ਪੈਂਦੇ ਨੇ, ਮੁੱਢਲੀਆਂ ਲੋੜਾਂ, ਠੀਕ ਹੈ, ਉਹਨਾਂ ਦੀ ਕੀਮਤ ਘਟਾਤੀ ਤਾਂ ਕਿ ਉਹ ਈਜ਼ੀ ਵੇਅ ਦੇ ਨਾਲ ਉਹਨੂੰ ਖਰੀਦ ਸਕਣ। ਅੱਗੇ ਹੈ ਜਨਤਾ ਦੀ ਸੰਤੁਸ਼ਟੀ। ਹਾਂਜੀ, ਅਲਾਊਦੀਨ ਖਿਲਜੀ ਜਾਣਦਾ ਸੀ ਕਿ ਸ਼ਾਸਨ ਤਾਂ ਹੀ ਵਧੀਆ ਚੱਲ ਸਕਦਾ, ਤਾਂ ਸ਼ਾਸਨ ਤਾਂ ਹੀ ਵਧੀਆ ਰਹਿ ਸਕਦਾ ਜੇ ਉਹਦੀ ਜਨਤਾ ਉਹਨੂੰ ਪੇਟ ਭਰ ਕੇ ਭੋਜਨ ਮਿਲੂਗਾ ਅਤੇ ਸਸਤਾ ਭੋਜਨ ਮਿਲੂਗਾ। ਮਤਲਬ ਕਿ ਜਿਵੇਂ ਆਪਾਂ ਵੈਸੇ ਵੀ ਸੁਣਦੇ ਹਾਂ ਕਿ ਹਰ ਇੱਕ ਦੇ ਮਨ ਨੂੰ ਜਿੱਤਣ ਦੇ ਲਈ ਤਾਂ ਪੇਟ ਸਭ ਤੋਂ ਪਹਿਲਾ ਰਸਤਾ ਹੁੰਦਾ, ਭਾਵ ਕਿ ਉਹਨੂੰ ਆਪਾਂ ਖਾਣ ਦੇ ਲਈ ਅਗਰ ਆਪਾਂ ਉਹਦੀ ਚੀਜ਼ਾਂ ਨੂੰ ਫੁਲਫਿਲ ਕਰ ਦਾਂਗੇ ਤਾਂ ਉਹ ਮਤਲਬ ਕਿ ਆਪਾਂ ਸਾਹਮਣੇ ਵਾਲੇ ਪਰਸਨ ਦਾ ਜਿਹੜੀ ਕਿ ਮਨ ਜਿੱਤ ਸਕਦੇ ਆ। ਤਾਂ ਸੇਮ ਉਸੇ ਤਰੀਕੇ ਨਾਲ ਉਹਨੇ ਇਹ ਚੀਜ਼ ਸੋਚ ਕੇ ਕਿ ਜੇ ਉਹਦੀ ਜਨਤਾ ਦਾ ਪੇਟ ਭਰੂਗਾ, ਉਹਨੂੰ ਸਸਤਾ ਭੋਜਨ ਮਿਲੂਗਾ, ਤਾਂ ਜਨਤਾ ਜਿਹੜੀ ਕਿ ਉਹ ਤਾਂ ਸੰਤੁਸ਼ਟ ਹੋਊਗੀ। ਤਾਂ ਇਸੇ ਨੂੰ ਮੁੱਖ ਰੱਖ ਕੇ ਉਹਨੇ ਜਿਹੜੇ ਕਿ ਬਾਜ਼ਾਰ ਕੰਟਰੋਲ, ਆਰਥਿਕ ਸੁਧਾਰ ਕਰਨ ਬਾਰੇ ਸੋਚਿਆ। ਤਾਂ ਇਹਦੇ ਵਿੱਚ ਰਾਈਟਰ ਨੇ ਕੀ ਲਿਖਿਆ, ਬਰਨੀ ਨੇ ਕੀ ਲਿਖਿਆ, ਤੁਸੀਂ ਇਹ ਯਾਦ ਕਰਨਾ ਤਾਂ ਕਰ ਸਕਦੇ ਹੋ, ਨਹੀਂ ਸਿੰਪਲ ਪੁਆਇੰਟ ਜਿਹੜੇ ਕਿ ਯਾਰ ਕੁਝ ਮੈਂ ਤੁਹਾਨੂੰ ਸਮਝਾ ਰਹੀ ਹਾਂ। ਉਸ ਤੋਂ ਬਾਅਦ ਮੁਨਾਫੇਖੋਰੀ ਅਤੇ ਰੋਕ। ਮੁਨਾਫੇਖੋਰੀ ਕੀ ਹੁੰਦਾ, ਭਾਵ ਕਿ ਜਿਹੜਾ ਵੱਧ ਤੋਂ ਵੱਧ ਲਾਭ ਕਮਾਉਣਾ, ਵੱਧ ਤੋਂ ਵੱਧ ਜਿਹੜੇ ਦੁਕਾਨਦਾਰ ਲਾਭ ਕਮਾਉਂਦੇ ਨੇ ਉਹਨਾਂ 'ਤੇ ਰੋਕ ਕਰਨ ਦੇ ਲਈ, ਰੋਕਣ ਦੇ ਲਈ ਆਰਥਿਕ ਸੁਧਾਰ ਕੀਤੇ ਗਏ। ਤਾਂ ਅਲਾਊਦੀਨ ਖਿਲਜੀ ਦੇ ਦੁਆਰਾ ਜਿਹੜਾ ਬਾਜ਼ਾਰ ਨਿਯੰਤਰਣ ਤੋਂ ਪਹਿਲਾਂ ਰਾਜ ਦੇ ਵਿੱਚ ਬਹੁਤ ਜ਼ਿਆਦਾ ਮੁਨਾਫੇਖੋਰੀ ਸੀ, ਬਹੁਤ ਜ਼ਿਆਦਾ ਲੋਕ ਆ ਜਿਹੜੇ ਕਿ ਚੀਜ਼ਾਂ ਸਸਤੇ ਭਾਅ 'ਤੇ ਖਰੀਦ ਕੇ ਮਹਿੰਗੇ ਭਾਅ ਦੇ ਵਿੱਚ ਵੇਚਦੇ ਸੀ, ਤਾਂ ਇਹਦੇ ਨਾਲ ਅਮੀਰ ਹੋਰ ਰਹੇ ਸੀ। ਤਾਂ
ਗਰੀਬ ਹੋਰ ਗਰੀਬ ਹੁੰਦੇ ਜਾ ਰਹੇ ਸੀ, ਤਾਂ ਜਿਸ ਕਰਕੇ ਅਲਾਉਦੀਨ ਖਿਲਜੀ ਨੇ ਵਪਾਰ ਦੇ ਇਸ ਜਿਹੜੇ ਕਿ ਮੁਨਾਫੇਖੋਰੀ ਨੂੰ ਰੋਕਣ ਦੇ ਲਈ ਜਿਹੜੇ ਕਿ ਆਰਥਿਕ ਸੁਧਾਰ ਕਰਨ ਬਾਰੇ ਸੋਚਿਆ। ਅੱਗੇ ਹੈ ਫੋਰਥ ਪੁਆਇੰਟ, ਕੁਦਰਤੀ ਆਫਤਾਂ ਤੋਂ ਛੁਟਕਾਰਾ। ਸਭ ਤੋਂ ਪਹਿਲਾਂ ਹੈਡਿੰਗ ਯਾਦ ਕਰਨੇ ਨੇ। ਹਾਂਜੀ, ਅਲਾਉਦੀਨ ਖਿਲਜੀ ਦੇ ਸਮੇਂ ਜਿਹੜੇ ਕਿ ਖੇਤੀਬਾੜੀ ਆ ਉਹ ਸਿੰਚਾਈ ਦੇ ਸਾਧਨਾਂ 'ਤੇ ਨਹੀਂ ਸੀ, ਬਲਕਿ ਵਰਖਾ 'ਤੇ ਡਿਪੈਂਡ ਕਰਦੀ ਸੀ, ਮੀਂਹ 'ਤੇ ਡਿਪੈਂਡ ਕਰਦੀ ਸੀ। ਅਤੇ ਕਈ ਵਾਰ ਜ਼ਿਆਦਾ ਮੀਂਹ ਹੋਣ ਕਰਕੇ, ਹੜ੍ਹ ਆਉਣ ਕਰਕੇ ਖਤਰਾ ਬਣਿਆ ਰਹਿੰਦਾ ਸੀ, ਜਾਂ ਕਈ ਵਾਰ ਜਦੋਂ ਮੀਂਹ ਨਾ ਪੈਂਦਾ ਸੀ ਤਾਂ ਸੋਕਾ ਪੈ ਜਾਂਦਾ ਸੀ, ਤਾਂ ਫਸਲ 'ਤੇ ਅਸਰ ਹੁੰਦਾ ਸੀ, ਅਤੇ ਕਈ ਵਾਰ ਅਕਾਲ ਦੀ ਸਥਿਤੀ ਪੈਦਾ ਹੋ ਜਾਂਦੀ ਸੀ। ਅਤੇ ਜਿਹਦੇ ਨਾਲ ਜਦੋਂ ਫਸਲ 'ਤੇ ਅਸਰ ਹੋਊਗਾ, ਅਨਾਜ 'ਤੇ ਅਸਰ ਹੋਊਗਾ, ਤਾਂ ਜਿਹੜੇ ਕਿ ਖਾਣ ਵਾਲੀਆਂ ਵਸਤੂਆਂ ਨੇ ਉਹਨਾਂ ਦੀ ਵੀ ਕਮੀ ਹੋ ਜੂਗੀ। ਤਾਂ ਕਰਕੇ ਅਲਾਉਦੀਨ ਖਿਲਜੀ ਨੇ ਆਰਥਿਕ ਸੁਧਾਰਨ ਕਰਨ ਬਾਰੇ ਸੋਚਿਆ, ਮੰਡੀ ਬਾਜ਼ਾਰਾਂ ਦੇ ਵਿੱਚ ਸੁਧਾਰ ਕਰਨ ਬਾਰੇ ਸੋਚਿਆ, ਇੱਕ ਮਤਲਬ ਕਿ ਰਾਸ਼ਨ ਪ੍ਰਣਾਲੀ ਸ਼ੁਰੂ ਕਰਨ ਬਾਰੇ ਸੋਚਿਆ, ਜਿਹਦੇ ਵਿੱਚ ਕਿ ਵੀ ਜਿਹੜਾ ਇਹ ਅਨਾਜ ਹੈ ਤਾਂ ਜਿੰਨਾ ਲੋਕਾਂ ਦੇ ਖਾਣ ਤੋਂ ਬਾਅਦ ਜਿਹੜਾ ਬਚ ਰਹੇ ਆ, ਭਾਵ ਕਿ ਜਿਵੇਂ ਅੱਜ ਕੱਲ੍ਹ ਆਪਾਂ ਥੋੜ੍ਹਾ ਘਰ ਰੱਖਦੇ ਹਾਂ, ਬਾਕੀ ਜਿਹੜੇ ਕਿ ਮੰਡੀਆਂ ਦੇ ਵਿੱਚ ਵੇਚਦੇ ਹਾਂ, ਤਾਂ ਇਸੇ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਕਿ ਰਾਸ਼ਨ ਪ੍ਰਣਾਲੀ ਸ਼ੁਰੂ ਕੀਤੀ, ਵੀ ਜਿਹੜਾ ਬਾਕੀ ਦਾ ਐਕਸਟਰਾ ਬਚਦਾ ਉਹਨੂੰ ਇੱਕ ਜਗ੍ਹਾ 'ਤੇ ਸਟੋਰ ਕੀਤਾ ਜਾਵੇ, ਬਾਅਦ ਦੇ ਵਿੱਚ ਜਦੋਂ ਜ਼ਰੂਰਤ ਹੋਵੇ ਤਾਂ ਉਹਨੂੰ ਉੱਥੋਂ ਡਿਸਟ੍ਰੀਬਿਊਟ ਕੀਤਾ ਜਾਵੇ ਰਾਸ਼ਨ ਪ੍ਰਣਾਲੀ ਦੇ ਅਧੀਨ। ਅੱਗੇ ਆ ਪ੍ਰਸ਼ਾਸਨ ਅਤੇ ਵਿੱਤੀ ਭਾਰ। ਹਾਂਜੀ, ਅਲਾਉਦੀਨ ਖਿਲਜੀ ਦੇ ਸਮੇਂ ਪ੍ਰਸ਼ਾਸਨ ਅਤੇ ਵਿੱਤੀ ਖਰਚ ਬਹੁਤ ਜ਼ਿਆਦਾ ਸੀ। ਸ਼ਾਸਨ ਨੂੰ ਚਲਾਉਣ ਲਈ ਮੰਤਰੀਆਂ ਦੀਆਂ ਤਨਖਾਹਾਂ, ਅਧਿਕਾਰੀਆਂ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਬਹੁਤ ਜ਼ਿਆਦਾ ਸੀ, ਅਤੇ ਇਹਨਾਂ ਦੀ ਤਨਖਾਹਾਂ ਬਹੁਤ ਜ਼ਿਆਦਾ ਹੋਣ ਕਰਕੇ ਜਿਹੜੇ ਸੁਲਤਾਨ ਦੇ ਦਾਸਾਂ ਦੀ ਗਿਣਤੀ ਵੀ ਘਟਣੀ ਸੀ, ਉਹਨਾਂ ਨੂੰ ਵੀ ਤਨਖਾਹ ਦੇਣੀ ਪੈਂਦੀ ਸੀ, ਮਤਲਬ ਕਿ ਸਾਰਾ ਖਰਚਾ ਰਾਜ ਨੂੰ ਚਲਾਉਣਾ ਪੈਂਦਾ ਸੀ। ਤਾਂ ਅਲਾਉਦੀਨ ਖਿਲਜੀ ਨੇ ਫਿਰ ਇਹਦੇ ਨਾਲ ਜਿਹੜੇ ਸਰਕਾਰੀ ਸ਼ਾਹੀ ਖਜ਼ਾਨਾ ਸੀ ਉਹ 'ਤੇ ਜਿਹੜਾ ਅਸਰ ਹੁੰਦਾ ਸੀ, ਤਾਂ ਸ਼ਾਹੀ ਖਜ਼ਾਨੇ 'ਤੇ ਉਹ ਇੰਨਾ ਜ਼ਿਆਦਾ ਮਤਲਬ ਕਿ ਜਿੰਨਾ ਆਪਾਂ ਖਜ਼ਾਨੇ ਦੇ ਵਿੱਚੋਂ ਕੱਢੀ ਜਾਵਾਂਗੇ ਤਾਂ ਉਹ ਵੀ ਖਾਲੀ ਹੋਊਗਾ, ਜਿਸ ਕਰਕੇ ਉਹਨੇ ਸੋਚਿਆ ਕਿ ਇਸ ਤਰੀਕੇ ਨੂੰ ਜਿਵੇਂ ਉਹਨਾਂ ਨੂੰ ਤਨਖਾਹ ਵੀ ਦਿੱਤੀ ਜਾ ਰਹੀ ਹੈ, ਤਾਂ ਜੇ ਆਪਾਂ ਵਸਤੂਆਂ ਜਿਹੜੇ ਕੀਮਤਾਂ ਨੇ ਉਹਨਾਂ ਦੀ ਹੀ ਕੀਮਤ ਜਿਹੜੀ ਕਿ ਘੱਟ ਕਰ ਦਾਂਗੇ ਤਾਂ ਸਾਰੀ ਚੀਜ਼ ਸਹੀ ਹੋ ਜੂਗੀ, ਜਿਸ ਕਰਕੇ ਉਹਨੇ ਆਰਥਿਕ ਸੁਧਾਰ ਕਰਨ ਬਾਰੇ ਸੋਚਿਆ। ਅੱਗੇ ਹੈ ਮੁਦਰਾ ਅਵਮੁੱਲਨ। ਹਾਂਜੀ, ਇਹਦੇ ਵਿੱਚ ਕੀ ਸੀ ਵੀ ਅਲਾਉਦੀਨ ਖਿਲਜੀ ਦੇ ਸਮੇਂ ਅਲਾਉਦੀਨ ਖਿਲਜੀ ਨੂੰ ਆਪਣੇ ਜਿਹੜੇ ਸੈਨਿਕ ਮੁਹਿੰਮਾਂ ਤੋਂ ਬਹੁਤ ਸਾਰੀ ਧਨ ਰਾਸ਼ੀ ਸੋਨਾ ਚਾਂਦੀ ਪ੍ਰਾਪਤ ਹੋਇਆ ਸੀ, ਤਾਂ ਉਹਨੇ ਇਹ ਜਿਹੜਾ ਸਾਰਾ ਧਨ ਦੌਲਤ ਸੀ ਉਹ ਸ਼ਾਹੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਨ ਦੀ ਬਜਾਏ ਅਮੀਰਾਂ, ਸਰਦਾਰਾਂ, ਸੈਨਿਕਾਂ ਦੇ ਵਿੱਚ ਅੰਨੇ ਦੀ ਤਰ੍ਹਾਂ ਅੰਨੇ ਵਾਹ ਵੰਡਤਾ। ਤਾਂ ਧਨ ਦੀ ਇਸ ਬਹੁਤਾਤ ਦੇ ਕਾਰਨ ਜਿਹੜੇ ਕਿ ਕੀਮਤਾਂ ਵੱਧ ਗਈਆਂ ਅਤੇ ਸਿੱਕਿਆਂ ਦਾ ਮੁੱਲ ਆ ਜਿਹੜੇ ਕਿ ਘੱਟ ਗਿਆ। ਸਿੱਕਿਆਂ ਦਾ ਮੁੱਲ ਕੀ ਹੋ ਗਿਆ? ਘੱਟ ਗਿਆ, ਕਿਉਂਕਿ ਹਰ ਕੋਲ ਸਿੱਕਾ ਹੋ ਗਿਆ ਤਾਂ ਇਹਦੇ ਨਾਲ ਮੁੱਲ ਘੱਟ ਗਿਆ, ਜਿਸ ਕਰਕੇ ਇਸ ਸਮੱਸਿਆ ਨੂੰ ਹੱਲ ਕਰਨ ਦੇ ਲਈ ਉਹਨੇ ਆਰਥਿਕ ਸੁਧਾਰ ਕਰਨ ਬਾਰੇ ਸੋਚਿਆ। ਅੱਗੇ ਹੈ ਕਰਾਂ, ਭਾਵ ਕਿ ਟੈਕਸ। ਟੈਕਸਾਂ ਦੀ ਬਹੁਤਾਤ, ਟੈਕਸ ਬਹੁਤ ਜ਼ਿਆਦਾ ਹੋ ਗਏ ਸੀ। ਹਾਂਜੀ, ਕਿਸੇ ਸ਼ਾਸਕ ਲਈ ਸ਼ਾਹੀ ਖਜ਼ਾਨੇ ਨੂੰ ਭਰਨ ਦਾ ਸਭ ਤੋਂ ਵਧੀਆ ਢੰਗ ਹੁੰਦਾ ਕਿ ਟੈਕਸ ਲਗਾਓ, ਪਰ ਅਲਾਉਦੀਨ ਖਿਲਜੀ ਵੀ ਜਨਤਾ 'ਤੇ ਟੈਕਸ ਲਗਾ ਸਕਦਾ ਸੀ, ਆਪਣੇ ਖਜ਼ਾਨੇ ਨੂੰ ਭਰ ਸਕਦਾ ਸੀ, ਪਰੰਤੂ ਜਨਤਾ 'ਤੇ ਪਹਿਲਾਂ ਹੀ ਬਹੁਤ ਜ਼ਿਆਦਾ ਟੈਕਸ ਲੱਗੇ ਹੋਏ ਸੀ, ਲੋਕਾਂ ਨੂੰ ਪਹਿਲਾਂ ਹੀ ਬਹੁਤ ਜ਼ਿਆਦਾ ਕਰ ਦੇਣੇ ਪੈਂਦੇ ਸੀ, ਜਿਸ ਕਰਕੇ ਹੋਰ ਕਰ ਦੇਣ ਦੇ ਵਿੱਚ ਉਹ ਸਮਰੱਥ ਨਹੀਂ ਸੀ। ਤਾਂ ਇਸ ਦਸ਼ਾ ਦੇ ਵਿੱਚ ਅਲਾਉਦੀਨ ਖਿਲਜੀ ਨੇ ਕੀ ਸੋਚਿਆ ਕਿ ਆਰਥਿਕ ਸੁਧਾਰ ਕੀਤੇ ਜਾਣ ਜਿਹਦੇ ਨਾਲ ਸਾਰੀ ਅਰਥ ਵਿਵਸਥਾ ਨੂੰ ਸਹੀ ਢੰਗ ਦੇ ਨਾਲ ਸੰਭਾਲਿਆ ਜਾਵੇ। ਇਹ ਨੇ ਉਹਦੇ ਕਾਰਨ ਜਾਂ ਉਦੇਸ਼, ਠੀਕ ਹੈ, ਵੀ ਆਰਥਿਕ ਸੁਧਾਰ ਕਿਉਂ ਕੀਤੇ ਗਏ। ਹੁਣ ਕਿਹੜੇ ਕਿਹੜੇ ਆਰਥਿਕ ਸੁਧਾਰ ਕੀਤੇ ਗਏ ਆਪਾਂ ਉਹ ਕਰਦੇ ਹਾਂ। ਹਾਂਜੀ, ਪਹਿਲਾਂ ਤਾਂ ਚੀਜ਼ਾਂ ਦੇ ਭਾਅ ਨਿਸ਼ਚਿਤ ਕਰਨਾ, ਚੀਜ਼ਾਂ ਦੀ ਕੀਮਤ ਨਿਸ਼ਚਿਤ ਕਰ ਦਿੱਤੀ ਗਈ। ਸਭ ਤੋਂ ਪਹਿਲਾਂ ਜਿਹੜਾ ਅਲਾਉਦੀਨ ਖਿਲਜੀ ਨੇ ਜਿਹੜੇ ਖਾਣ ਪੀਣ ਦੇ ਜ਼ਰੂਰੀ ਵਸਤੂਆਂ ਸੀ, ਚਾਹੇ ਛੋਟੀਆਂ ਸੀ ਚਾਹੇ ਵੱਡੀਆਂ ਸੀ, ਉਹਨਾਂ ਦੀ ਕੀਮਤ ਨਿਸ਼ਚਿਤ ਕਰਤੀ। ਜਿਵੇਂ ਕਣਕ, ਅਗਰ ਤੁਹਾਡੇ ਯਾਦ ਹੁੰਦਾ ਇਹ ਚਾਰਟ ਤੁਸੀਂ ਯਾਦ ਕਰ ਸਕਦੇ ਹੋ, ਕਣਕ 7.5, ਠੀਕ ਹੈ, ਭਾਅ ਸੀ ਜੀਤਲ ਪ੍ਰਤੀ ਮਣ, ਐਵੇਂ ਜੇ ਤੁਸੀਂ ਯਾਦ ਕਰ ਸਕਦੇ ਹੋ ਤਾਂ ਕਰ ਲੈਣਾ। ਤਾਂ ਇਹਦੇ ਨਾਲ ਇੱਕ ਦਾਸੀ ਦਾ ਮੁੱਲ 5 ਤੋਂ 12 ਟਾਂਕੇ ਅਤੇ ਇੱਕ ਗਾਂ ਦਾ ਮੁੱਲ, ਠੀਕ ਹੈ, 3 ਤੋਂ 4 ਟਾਂਕੇ, ਸਾਰਾ ਇਹ ਫਿਕਸ ਕਰਤਾ, ਜਿਹਦੇ ਨਾਲ ਜਦੋਂ ਫਿਕਸ ਰੇਟ ਹੋ ਗਿਆ ਤਾਂ
ਜਿਵੇਂ ਫਿਕਸ ਰੇਟ ਦੇ ਨਾਲ ਆ ਜਿਹੜੇ ਕਿ, ਤਾਂ ਜਿੰਨਾ ਦੁਕਾਨਦਾਰ ਨੇ ਆਪਣਾ ਲਾਭ ਕਮਾਉਣਾ ਹੋਊਗਾ ਉਹਨੂੰ ਓਨਾ ਹੀ ਮਿਲੇਗਾ, ਅਤੇ ਜਿੰਨਾ ਕੁ ਵੀ ਜਿਹੜਾ ਕਿ ਵਾਜਿਬ ਮੁੱਲ ਹੋਊਗਾ ਜਿਨ੍ਹਾਂ ਨੇ ਖਰੀਦਣਾ ਉਹਨਾਂ ਲਈ ਵੀ ਸਹੀ ਰਹੂਗਾ। ਜਿਵੇਂ ਅੱਜ ਕੱਲ੍ਹ ਫਿਕਸ ਪ੍ਰਾਈਜ਼ ਹੁੰਦੇ ਨੇ ਚੀਜ਼ਾਂ ਦੇ, ਤਾਂ ਉਵੇਂ ਹੀ ਜਿਹੜੇ ਕਿ ਉਹਨਾਂ ਨੇ ਫਿਕਸ ਪ੍ਰਾਈਜ਼ ਕਰਨ ਬਾਰੇ ਸੋਚਿਆ। ਅਤੇ ਅੱਜ ਕੱਲ੍ਹ ਦੇ 1.5 ਜਾਂ 2 ਰੁਪਏ ਦਾ ਅੱਜ ਕੱਲ੍ਹ 1 ਕੁਇੰਟਲ ਅਨਾਜ 19 ਦਿਨ ਦੇ ਵਿੱਚ ਮਿਲਦਾ ਸੀ। ਸਬਜ਼ੀਆਂ, ਫਲ, ਰੋਟੀਆਂ, ਜੁੱਤੀਆਂ, ਕੰਘੇ, ਪਿਆਲੀਆਂ, ਬਰਤਨ, ਇਸ ਤੱਕ ਕਿ ਰਿਉੜੀਆਂ ਅਤੇ ਪਾਉਣ ਦੀਆਂ ਛੋਟੇ ਛੋਟੇ ਚੀਜ਼ਾਂ ਦਾ ਵੀ ਮੁੱਲ ਆ ਜਿਹੜੀ ਕਿ ਨਿਸ਼ਚਿਤ ਕਰਤਾ। ਠੀਕ ਹੈ, ਅਤੇ ਦੁਕਾਨਦਾਰਾਂ ਨੂੰ ਇਹ ਹੁਕਮ ਦਿੱਤਾ ਗਿਆ ਕਿ ਇਸੇ ਜਿਹੜਾ ਕੀਮਤ ਨਿਸ਼ਚਿਤ ਕੀਤੀ ਗਈ ਹੈ ਇਸੇ ਕੀਮਤ 'ਤੇ ਤੁਸੀਂ ਵੇਚਣਾ, ਇਸ ਤੋਂ ਵੱਧ ਨਹੀਂ ਮਨਾਉਣਾ, ਨਹੀਂ ਧਨ ਕਮਾਉਣਾ। ਅੱਗੇ ਹੈ ਚੀਜ਼ਾਂ ਦੀ ਪ੍ਰਾਪਤੀ ਦਾ ਪ੍ਰਬੰਧ। ਹਾਂਜੀ, ਅਲਾਉਦੀਨ ਖਿਲਜੀ ਨੇ ਨਾ ਕੇਵਲ ਚੀਜ਼ਾਂ ਦੀ ਕੀਮਤ ਹੀ ਨਿਸ਼ਚਿਤ ਕਰੀ, ਸਗੋਂ ਉਹਨੇ ਇਹਨਾਂ ਦੀ ਪ੍ਰਾਪਤੀ ਦਾ ਵੀ ਉਚਿਤ ਪ੍ਰਬੰਧ ਕੀਤਾ। ਉਹਨੇ ਹੁਕਮ ਜਾਰੀ ਕੀਤਾ ਕਿ ਦਬਾਬ ਦੇ 100 ਕੋਹ ਦੇ ਅੰਦਰ ਅੰਦਰ ਕੋਈ ਵੀ ਕਿਸਾਨ ਆਪਣੇ ਕੋਲ 10 ਮਨ ਤੋਂ ਵੱਧ ਅਨਾਜ ਨਹੀਂ ਰੱਖ ਸਕਦਾ। ਬਾਕੀ ਜਿਹੜਾ ਵਾਧੂ ਅਨਾਜ ਹੋਊਗਾ ਉਹ ਵੇਚ ਕੇ ਇੱਕ ਜਗ੍ਹਾ 'ਤੇ ਇਕੱਠਾ ਕੀਤਾ ਜਾਊਗਾ, ਤਾਂ ਕਿ ਜਦੋਂ ਕੋਈ ਥੁੜ ਹੋਊਗੀ ਉਹ ਅਨਾਜ ਅੱਗੇ ਡਿਸਟ੍ਰੀਬਿਊਟ ਕੀਤਾ ਜਾਵੇ। ਠੀਕ ਹੈ, ਅਤੇ ਜਿਹਨਾਂ ਵੀ ਵੱਧ ਅਨਾਜ ਉਹਨਾਂ ਕੋਲ ਹੁੰਦਾ ਸੀ ਉਹਨਾਂ ਉਹ ਕਿਹਨਾਂ ਨੂੰ ਦੇਣਾ ਪੈਂਦਾ ਸੀ? ਸੌਦਾਗਰਾਂ ਨੂੰ। ਤਾਂ ਰਾਜਧਾਨੀ ਦੇ ਵਿੱਚ ਬਹੁਤ ਸਾਰੇ ਸਰਕਾਰੀ ਗੋਦਾਮ ਬਣ ਗਏ ਜਿਹੜੇ ਕਿ ਆਮ ਤੌਰ 'ਤੇ ਅਨਾਜ ਦੇ ਨਾਲ ਭਰੇ ਰਹਿਣ ਲੱਗ ਗਏ। ਸੰਕਟ ਦੇ ਸਮੇਂ ਉਹਨਾਂ ਦੇ ਵਿੱਚੋਂ ਅਨਾਜ ਦੇ ਜਿਹੜੇ ਕਿ ਇਹ ਇੱਕ ਨਿਸ਼ਚਿਤ ਕੀਮਤ 'ਤੇ ਵੇਚ ਦਿੱਤਾ ਜਾਂਦਾ ਸੀ। ਹਾਂਜੀ, ਚੀਜ਼ਾਂ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ 'ਤੇ ਲੈ ਕੇ ਜਾਣ ਦਾ ਪ੍ਰਬੰਧ ਵੀ ਕੀਤਾ। ਅਲਾਉਦੀਨ ਖਿਲਜੀ ਨੇ ਚੀਜ਼ਾਂ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ 'ਤੇ ਲੈ ਕੇ ਜਾਣ ਦਾ ਕੰਮ ਮੁਲਤਾਨੀ ਸੌਦਾਗਰਾਂ ਅਤੇ ਬੰਜਾਰੇ ਕਰਦੇ ਸੀ, ਤਾਂ ਉਹਨਾਂ ਨੂੰ ਆਪਣੇ ਨਾਂ ਸ਼ਾਨਾ ਕੋਲ, ਠੀਕ ਹੈ, ਸਰਕਾਰੀ ਰਜਿਸਟਰ ਦੇ ਵਿੱਚ ਦਰਜ ਕਰਵਾਉਣ ਲਈ ਕਿਹਾ ਗਿਆ ਵੀ ਜਿਨ੍ਹਾਂ ਜਿਨ੍ਹਾਂ ਨੇ ਇਹ ਅਨਾਜ ਇੱਕ ਥਾਂ ਤੋਂ ਦੂਜੀ ਥਾਂ 'ਤੇ ਲੈ ਕੇ ਜਾਣਗੇ ਉਹਨਾਂ ਦੇ ਨਾਮ ਇੱਕ ਖਾਸ ਰਜਿਸਟਰ ਦੇ ਵਿੱਚ ਦਰਜ ਕੀਤੇ ਜਾਣਗੇ। ਠੀਕ ਹੈ, ਤਾਂ ਇਹਦੇ ਨਾਲ ਦਿੱਲੀ ਦੇ ਚਾਰੇ ਪਾਸੇ 100-100 ਕੋਹ ਦੂਰੀ ਤੱਕ ਸਾਰਿਆਂ ਨੂੰ ਜਿਹੜੇ ਕਿ ਅਨਾਜ ਮਿਲਦਾ ਰਹੇ। ਕਿਸਾਨਾਂ ਤੋਂ ਅਨਾਜ ਖਰੀਦਦੇ ਸੀ ਉਹ ਰਾਜਧਾਨੀ ਦੇ ਵਿੱਚ ਲਿਆ ਕੇ ਉਹਦਾ ਨਿਸ਼ਚਿਤ ਭਾਅ 'ਤੇ ਵੇਚ ਦਿੰਦੇ ਸੀ, ਤਾਂ ਇਹਦੇ ਨਾਲ ਕਿਸਾਨਾਂ ਨੂੰ ਵੀ ਜਿਹੜੀ ਕਿ ਇੱਕ ਰਕਮ ਮਿਲ ਜਾਂਦੀ ਸੀ। ਤਾਂ ਸੁਲਤਾਨ ਨੇ ਦਬਾਬ ਦੇ ਸਾਰੇ ਭੂਮੀ ਕਾਰ ਕਰਮਚਾਰੀ 'ਤੇ ਲਿਖਤੀ ਵਚਨ ਲਿਆ ਕਿ ਉਹ ਸੌਦਾਗਰਾਂ ਦੀ ਕਿਸਾਨਾਂ ਤੋਂ ਅਨਾਜ ਪ੍ਰਾਪਤ ਕਰਨ ਦੇ ਵਿੱਚ ਪੂਰੀ ਮਦਦ ਕਰਨਗੇ ਅਤੇ ਸੌਦਾਗਰਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਮਾਲ ਲੈ ਕੇ ਜਾਣ ਦੇ ਲਈ ਕਈ ਪ੍ਰਕਾਰ ਦੀਆਂ ਸਹੂਲਤਾਂ ਵੀ ਦਿੱਤੀਆਂ ਗਈਆਂ। ਅੱਗੇ ਹੈਗਾ ਰਾਸ਼ਨ ਪ੍ਰਣਾਲੀ। ਹਾਂਜੀ, ਅਲਾਉਦੀਨ ਖਿਲਜੀ ਦਾ ਮਹੱਤਵਪੂਰਨ ਆਰਥਿਕ ਸੁਧਾਰ ਇਹ ਸੀ ਕਿ ਉਹਨੇ ਭਾਰਤ ਦੇ ਵਿੱਚ ਪਹਿਲੀ ਵਾਰੀ ਰਾਸ਼ਨ ਪ੍ਰਣਾਲੀ ਸ਼ੁਰੂ ਕੀਤੀ, ਜਿਹਦੇ ਵਿੱਚ ਜਦੋਂ ਕਦੀ ਵਰਖਾ ਨਾ ਹੋਣ ਦੇ ਕਾਰਨ ਜਾਂ ਕਿਸੇ ਹੋਰ ਅਨਾਜ ਦੀ ਹੋਰ ਕਿਸੇ ਕਾਰਨ ਕਰਕੇ ਜਦੋਂ ਅਨਾਜ ਦੀ ਘਾਟ ਪੈਦਾ ਹੋ ਜਾਂਦੀ ਸੀ, ਸੰਕਟ ਹੋ ਜਾਂਦੀ ਸੀ, ਤਾਂ ਸੰਕਟ ਸਮੇਂ ਰਾਸ਼ਨ ਪ੍ਰਣਾਲੀ ਜਾਰੀ ਕੀਤੀ ਜਾਂਦੀ ਸੀ। ਇਸ ਅਵਸਥਾ ਦੇ ਵਿੱਚ ਸਰਕਾਰੀ ਗੋਦਾਮਾਂ ਤੋਂ ਵੱਖ ਵੱਖ ਮੁਹੱਲਿਆਂ, ਦੁਕਾਨਾਂ ਦੇ ਦੁਕਾਨਦਾਰਾਂ ਨੂੰ ਅਨਾਜ ਦਿੱਤਾ ਜਾਂਦਾ ਸੀ ਅਤੇ ਹਰ ਇੱਕ ਪਰਿਵਾਰ ਨੂੰ ਅੱਧਾ ਮਾਣ ਜਿਹਦੇ ਵਿੱਚ 6-7 ਸੇਰ ਸੀ ਅਨਾਜ ਹਰ ਰੋਜ਼ ਦੇ ਹਿਸਾਬ ਨਾਲ ਵੇਚ ਦਿੰਦੇ ਸੀ। ਅਤੇ ਕਾਲ ਦੇ ਦਿਨਾਂ ਦੇ ਵਿੱਚ ਅਨਾਜ ਦੀ ਜਿਹੜੀ ਕੀਮਤ ਸੀ ਉਹ ਵੀ ਘੱਟ ਕਰ ਦਿੱਤੀ ਜਾਂਦੀ ਸੀ। ਠੀਕ ਹੈ, ਅਤੇ ਕਈ ਵਾਰੀ ਕੁਝ ਕੀਮਤੀ ਚੀਜ਼ਾਂ ਦਾ ਰਾਸ਼ਨ ਵੀ ਕਰ ਦਿੱਤਾ ਜਾਂਦਾ ਸੀ ਅਤੇ ਅਮੀਰਾਂ ਦੇ ਸਰਦਾਰਾਂ ਨੂੰ ਉਹਨਾਂ ਨੂੰ ਖਰੀਦਣ ਲਈ ਸਰਕਾਰ ਤੋਂ ਆਗਿਆ ਪੱਤਰ ਵੀ ਲੈਣੇ ਪੈਂਦੇ ਸੀ, ਪਰਮਿਟ। ਅਤੇ ਸਟੂਡੈਂਟਸ, ਅਗਰ ਇਗਜ਼ਾਮ ਦੇ ਵਿੱਚ ਕੁਸ਼ਚਨ ਤੁਹਾਨੂੰ ਇੱਦਾਂ ਆਉਂਦਾ ਕਿ ਆਰਥਿਕ ਸੁਧਾਰ ਲਿਖੋ, ਖੁੱਲ੍ਹਾ ਕੁਸ਼ਚਨ ਆਇਆ, ਫਿਰ ਤੁਸੀਂ ਪਹਿਲਾਂ ਉਹਦੇ ਉਦੇਸ਼, ਫਿਰ ਆਰਥਿਕ ਸੁਧਾਰ ਕਿਹੜੇ ਕਿਹੜੇ ਕਿੱਤੇ, ਫਿਰ ਉਹਨਾਂ ਦੇ ਲਾਭ ਹਾਨੀ, ਉਹ ਵੀ ਲਿਖਣੇ ਨੇ। ਠੀਕ ਹੈ, ਅਗਰ ਤੁਹਾਨੂੰ ਵੈਸੇ ਵੀ ਪੁੱਛਿਆ ਜਾਂਦਾ ਕਿ ਉਹਦੇ ਜਿਹੜੇ ਕਿ ਆਰਥਿਕ ਸੁਧਾਰ ਕਿਉਂ ਕੀਤੇ ਗਏ, ਕੀ ਉਦੇਸ਼ ਰੱਖ ਕੇ, ਤਾਂ ਵੀ ਦੇਣਾ। ਜੇ ਵੈਸੇ ਕੁਸ਼ਚਨ ਪੁੱਛ ਲਿਆ ਕਿ ਉਹਦੇ ਆਰਥਿਕ ਸੁਧਾਰ ਕੀ ਕਿਹੜੇ ਕਿਹੜੇ ਕੀਤੇ ਗਏ, ਤਾਂ ਵੀ ਤੁਸੀਂ ਉਹਦੇ ਲਾਭ ਹਾਨੀ ਅਤੇ ਕਿਉਂ ਉਦੇਸ਼ ਕਿਉਂ ਕੀਤੇ ਗਏ, ਕੀ ਉਦੇਸ਼ ਰੱਖ ਕੇ ਕੀਤੇ ਗਏ ਸੀ, ਉਹ ਵੀ ਤੁਸੀਂ ਵੇਰਵਾ ਦੇ ਦੇਣਾ। ਹਾਂਜੀ, ਮੰਡੀਆਂ ਦਾ ਪ੍ਰਬੰਧ। ਅਨਾਜ, ਕੱਪੜੇ ਅਤੇ ਦੂਜੀਆਂ ਜਿਹੜੀਆਂ ਚੀਜ਼ਾਂ ਸੀ, ਅਲੱਗ ਅਲੱਗ ਮੰਡੀਆਂ ਉਹਨਾਂ ਦੀਆਂ ਬਣਾ ਦਿੱਤੀਆਂ ਗਈਆਂ। ਹਰੇਕ ਮੰਡੀ ਦਾ ਅਧਿਕਸ਼ ਨੂੰ ਜਿਹੜਾ ਮੁਖੀਆ ਹੁੰਦਾ ਸੀ ਉਹਨੂੰ ਸ਼ਾਨਾਏ ਮੰਡੀ ਕਿਹਾ ਜਾਂਦਾ ਸੀ। ਠੀਕ ਹੈ,
ਜਿਵੇਂ ਅੱਜ ਕੱਲ੍ਹ ਮੰਡੀ ਨੇ ਐਵੇਂ ਮੰਡੀਆਂ ਬਣਾਤੀਆਂ ਅਤੇ ਅਨਾਜ ਦਾ ਜਿਹੜਾ ਕਿ ਸ਼ਾਨਾ ਏ ਮੰਡੀ ਮਲਿਕ ਕਬੂਲ ਸੀ, ਠੀਕ ਆ, ਕੌਣ ਸੀ? ਮਲਿਕ ਕਬੂਲ। ਅਤੇ ਉਹ ਅਨਾਜ ਦੇ ਭਾਅ ਭਾਵ ਕੀ ਕੀਮਤ ਦੀ ਸੂਚੀ ਆਪਣੇ ਕੋਲ ਰੱਖਦਾ ਸੀ ਵੀ ਕਿਹੜਾ ਕਿਹੜਾ ਅਨਾਜ ਕਿਸ ਕਿਸ ਕੀਮਤ 'ਤੇ ਆ। ਅਤੇ ਉਹ ਇਹ ਵੀ ਦੇਖਦਾ ਸੀ ਕਿ ਕੋਈ ਵੀ ਦੁਕਾਨਦਾਰ ਨਿਸ਼ਚਿਤ ਭਾਅ ਜਿਹੜਾ ਇੱਕ ਕੀਮਤ ਫਿਕਸ ਪ੍ਰਾਈਜ਼ ਕੀਤਾ ਗਿਆ ਇਸ ਤੋਂ ਵੱਧ ਰਕਮ ਨਾ ਵਸੂਲੇ ਜਿਹੜੇ ਕਿ ਲੋਕਾਂ ਤੋਂ। ਅਤੇ ਉਹ ਅਨਾਜ ਲਿਆਉਣ ਵਾਲੇ ਸੌਦਾਗਰਾਂ ਦੇ ਨਾਂ ਵੀ ਰਜਿਸਟਰ ਦੇ ਵਿੱਚ ਦਰਜ ਕਰਕੇ ਆਪਣੇ ਕੋਲ ਰੱਖਦਾ ਸੀ। ਅਤੇ ਉਹਦਾ ਕੰਮ ਬਹੁਤ ਕਠਿਨ ਹੁੰਦਾ ਸੀ ਕਿਉਂਕਿ ਇੱਕ ਸਧਾਰਨ ਜੀ ਵੀ ਭੁੱਲ ਹੋਣ 'ਤੇ ਵੀ ਸੁਲਤਾਨ ਉਹਨੂੰ ਕਠੋਰ ਦੰਦ ਦਿੰਦੇ ਸੀ। ਅਤੇ ਇੱਕ ਐਵੇਂ ਵੀ ਦੱਸਿਆ ਜਾਂਦਾ ਕਿ ਇੱਕ ਵਾਰ ਸੁਲਤਾਨ ਨੂੰ ਕੇਵਲ ਇਹ ਸਲਾਹ ਦੇਣ ਲਈ ਕਣਕ ਦਾ ਭਾਗ 1.5 ਜਿੱਤਲ ਪ੍ਰਤੀ ਮਣ ਵਧਾ ਦਿੱਤਾ ਜਾਵੇ ਅਤੇ ਉਹਨੂੰ 20 ਘੋੜੇ ਜਿਹੜੇ ਕਿ ਲਗਾਏ ਗਏ ਸੀ। ਹਾਂਜੀ, ਮੰਡੀ ਵਾਲੇ ਸਭ ਤੋਂ ਉੱਚੇ ਅਧਿਕਾਰੀ ਨੂੰ ਜਿਹੜਾ ਉੱਚ ਅਧਿਕਾਰੀ ਹੁੰਦਾ ਸੀ ਉਹਨੂੰ ਕਹਿੰਦੇ ਸੀ ਦੀਵਾਨ ਏ ਰਿਆਸਤ, ਅਤੇ ਮਲਿਕ ਜਕੂਬ ਇਸ ਅਹੁਦੇ 'ਤੇ ਕੰਮ ਕਰਦਾ ਸੀ। ਅੱਗੇ ਸੀ ਕਠੋਰ ਦੰਡ। ਹਾਂਜੀ, ਅਲਾਉਦੀਨ ਖਿਲਜੀ ਨੇ ਆਪਣੇ ਦੇਸ਼ਾਂ ਨੂੰ ਬਹੁਤ ਹੀ ਕਠੋਰਤਾ ਨਾਲ ਲਾਗੂ ਕਰਵਾਉਣ ਦੇ ਬਾਰੇ ਕਰਵਾਏ ਜਿਹੜੇ ਆਰਥਿਕ ਸੁਧਾਰ ਸੀ। ਜੇ ਕੋਈ ਦੁਕਾਨਦਾਰ ਕਿਸੇ ਚੀਜ਼ ਨੂੰ ਘੱਟ ਤੋਲਦਾ ਸੀ ਤਾਂ ਉਹਨੂੰ ਉਸ ਦਾ ਓਨਾ ਹੀ ਮਾਸ ਵੱਢ ਲਿਆ ਜਾਂਦਾ ਸੀ ਤਾਂ ਉਹਦੇ ਬਰਾਬਰ ਰੱਖ ਕੇ ਉਸ ਚੀਜ਼ ਨੂੰ ਪੂਰਾ ਕਰਤਾ ਜਾਣਾ ਸੀ। ਤਾਂ ਜਿਸ ਕਰਕੇ ਹਰ ਕੋਈ ਦੁਕਾਨਦਾਰ ਹੈ ਜਿਹੜੇ ਕਿ ਇਹ ਸੋਚਦਾ ਸੀ ਕਿ ਵੀ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਚਲਾਕੀ ਨਹੀਂ ਕਰਨੀ, ਜੋ ਚੀਜ਼ ਜਿੰਨੀ ਕੀਮਤ ਹੈ ਓਨੀ ਹੀ ਵਸੂਲੀ ਜਾਵੇ। ਤਾਂ ਨਹੀਂ ਜਿਹੜੇ ਕਿ ਜੇ ਕੋਈ ਵੱਧ ਮੁੱਲ 'ਤੇ ਵੇਚਣ ਵਾਲੇ ਜਿਹੜੇ ਹੁੰਦੇ ਸੀ ਦੁਕਾਨਦਾਰ, ਠੀਕ ਆ, ਉਹਨਾਂ ਨੂੰ ਕੋੜੇ ਵੀ ਲਗਾਏ ਜਾਂਦੇ ਸੀ। ਅਤੇ ਦਲਾਲਾਂ ਨੂੰ ਜੋ ਲੋਕਾਂ ਦਾ ਖੂਨ ਚੂਸਦੇ ਸੀ ਉਹਨਾਂ ਨੂੰ ਵੀ ਕਠੋਰ ਦੰਦ ਦਿੱਤੇ ਜਾਂਦੇ ਸੀ। ਅਤੇ ਉਹ ਇੰਨੇ ਕਠੋਰ ਦੰਦ ਦਿੱਤੇ ਗਏ ਕਿ ਉਹ ਜੀਵਨ ਤੋਂ ਤੰਗ ਆ ਕੇ ਆਪਣੀ ਮੌਤ ਲਈ ਪ੍ਰਾਰਥਨਾ ਕਰਨ ਲੱਗ ਜਾਂਦੇ ਸੀ। ਤਾਂ ਇਹਦੇ ਨਾਲ ਕੀ ਹੋਇਆ ਕਿ ਵਪਾਰੀ ਅਤੇ ਦੁਕਾਨਦਾਰ ਕਿਵੇਂ ਬਣ ਗਏ ਸੀ? ਇਮਾਨਦਾਰ ਹੋ ਗਏ ਸੀ ਅਤੇ ਗਾਹਕਾਂ ਨੂੰ ਹਰ ਇੱਕ ਨਿਸ਼ਚਿਤ ਕੀਮਤ 'ਤੇ ਚੀਜ਼ ਮਿਲ ਜਾਂਦੀ ਸੀ। ਹਾਂਜੀ, ਇਹ ਉਹਦੇ ਆਰਥਿਕ ਸੁਧਾਰ ਸੀ। ਹੁਣ ਆਰਥਿਕ ਸੁਧਾਰ ਇਹ ਕਿਉਂ ਸਫਲ ਹੋਏ ਇਹ ਕੋਈ ਇੰਨਾ ਵੈਸੇ ਹੈ ਨਹੀਂ ਖਾਸ ਵੀ ਕਿਉਂ ਸਫਲ ਹੋਏ, ਠੀਕ ਹੈ, ਤੁਸੀਂ ਰੀਡ ਕਰ ਲੈਣਾ। ਵੈਸੇ ਕਿਉਂ ਸਫਲ ਹੋਈ? ਇੱਕ ਤਾਂ ਅਲਾਉਦੀਨ ਖਿਲਜੀ ਨੇ ਚੀਜ਼ਾਂ ਨੂੰ ਨਿਸ਼ਚਿਤ ਨਹੀਂ ਕੀਤਾ, ਸਗੋਂ ਉਹਨੇ ਇਸਨੇ ਚੀਜ਼ਾਂ ਦੀ ਪ੍ਰਾਪਤੀ ਵੀ ਨਿਸ਼ਚਿਤ ਕੀਤੀ, ਤਾਂ ਕਰਕੇ ਆਰਥਿਕ ਸੁਧਾਰ ਸਫਲ ਰਹੀ ਹੈ ਪ੍ਰਣਾਲੀ। ਦੂਜਾ ਨੇ ਜਿਹੜੇ ਯੋਗ ਅਧਿਕਾਰੀ ਸੀ ਜਿਵੇਂ ਮਲਿਕ ਕਬੂਲ, ਮਲਿਕ ਜਕੂਬ, ਉਹਨਾਂ ਨੂੰ ਲਾਗੂ ਕੀਤਾ। ਅਤੇ ਤੀਜਾ, ਸਰਕਾਰ ਸੁਲਤਾਨ ਉਪਜ ਦਾ ਅੱਧਾ ਭਾਗ ਜਿਨਸ ਦੇ ਰੂਪ 'ਚ ਭੂਮੀ ਟੈਕਸ ਦੇ ਵਿੱਚ ਲਿਆ ਕਰਦੇ ਸੀ। ਚੌਥਾ, ਸੁਲਤਾਨ ਆਪ ਮੰਡੀਆਂ ਦੇ ਵਿਚਾਰਾਂ ਦਾ ਜਿਹੜੇ ਕਿ ਨਿਗਰਾਨੀ ਰੱਖਦਾ ਸੀ। ਅਤੇ ਪੰਜਵਾਂ, ਸੁਲਤਾਨ ਜਿਹੜਾ ਕਿ ਆਰਥਿਕ ਸੁਧਾਰਾਂ ਨੂੰ ਸਫਲ ਬਣਾਉਣ ਦੇ ਵਿੱਚ ਕਾਮਯਾਬ ਹੋਏ, ਉਹ ਸੀ ਕਠੋਰ ਦੰਡ। ਹੁਣ ਆਰਥਿਕ ਸੁਧਾਰਾਂ ਦੇ ਗੁਣ ਕੀ ਨਿਕਲੇ, ਕੀ ਲਾਭ ਨਿਕਲੇ? ਇਹਦੇ ਨਾਲ ਵਿਸ਼ਾਲ ਸੈਨਾ ਤਿਆਰ ਹੋਊਗੀ, ਠੀਕ ਹੈ। ਸੁਲਤਾਨ ਨੂੰ ਬਿਨਾਂ ਕਿਸੇ ਵਿਸ਼ੇਸ਼ ਖਰਚ ਦੇ ਇੱਕ ਵਿਸ਼ਾਲ ਸੈਨਾ ਰੱਖਣ ਦੇ ਵਿੱਚ ਉਹ ਸਫਲ ਹੋ ਗਏ, ਕਿਉਂਕਿ ਬੇਸ਼ੱਕ ਉਹਨਾਂ ਨੂੰ ਤਨਖਾਹ ਘੱਟ ਹੁੰਦੀ ਸੀ, ਬਟ ਫਿਰ ਵੀ ਜਿਹੜੀ ਤਨਖਾਹ ਸੀ ਓਨੀ ਹੀ ਤਨਖਾਹ ਦੇ ਵਿੱਚ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਨਿਰਵਾਹ ਜੀਵਨ ਨਿਰਵਾਹ ਦੀਆਂ ਚੀਜ਼ਾਂ ਸੀ ਉਹ ਸਾਰੇ ਖਰੀਦ ਸਕਦੇ ਸੀ। ਅਤੇ ਇਹਦੇ ਨਾਲ ਮੰਗੋਲਾਂ ਤੋਂ ਵੀ ਜਿਹੜੇ ਕਿ ਉਹਨੂੰ ਜਦੋਂ ਸੈਨਾ ਮਿਲ ਵਧੀਆ ਸੰਗਠਿਤ ਹੋ ਗਈ ਤਾਂ ਮੰਗੋਲਾਂ ਦੇ ਹਮਲਿਆਂ ਦਾ ਸਾਹਮਣਾ ਕਰਨ ਦੇ ਵਿੱਚ ਵੀ ਕਾਮਯਾਬ ਰਹੇ। ਅਤੇ ਇਹਨਾਂ ਦੇ ਨਾਲ ਜਿਹੜਾ ਆਮ ਦਿੱਲੀ ਅਤੇ ਆਸ ਪਾਸ ਦੇ ਲੋਕਾਂ ਨੂੰ ਜਿਹੜੇ ਕਿ ਖੁਸ਼ਹਾਲ ਜੀਵਨ ਬਣ ਗਿਆ, ਕਿਉਂਕਿ ਉਹਨਾਂ ਨੂੰ ਜਿਹੜੇ ਹਰ ਇੱਕ ਚੀਜ਼ਾਂ ਵਧੀਆ ਕੀਮਤ 'ਤੇ ਮਿਲਣ ਲੱਗੀਆਂ। ਪਹਿਲਾਂ ਦੁਕਾਨਦਾਰ ਜਿਹੜੇ ਵਪਾਰੀ ਸੀ ਉਹਨਾਂ ਦੀ ਆਦਤਾਂ ਠੀਕ ਹੋ ਗਈਆਂ, ਜਿਹੜੇ ਪਹਿਲਾਂ ਲੋਕਾਂ ਦਾ ਖੂਨ ਚੂਸਦੇ ਸੀ ਹੁਣ ਉਹਨਾਂ ਨੂੰ ਡਰ ਸੀ ਕਿ ਉਹਨਾਂ ਨੂੰ ਕਠੋਰ ਦੰਡ ਮਿਲ ਸਕਦਾ, ਜਿਸ ਕਰਕੇ ਜਿਹੜਾ ਆਮ ਲੋਕਾਂ ਦਾ ਜੀਵਨ ਖੁਸ਼ਹਾਲ ਹੋ ਗਿਆ ਅਤੇ ਜਿਹੜੇ ਦੁਕਾਨਦਾਰ ਸੀ ਅਤੇ ਵਪਾਰੀ ਉਹ ਇਮਾਨਦਾਰ ਬਣ ਗਏ। ਹਾਂਜੀ, ਆਮ ਲੋਕਾਂ ਦਾ ਜੀਵਨ ਸੁਖੀ, ਇਹ ਵੀ ਆਪਣਾ ਪੁਆਇੰਟ ਹੋਏਗਾ, ਠੀਕ ਹੈ। ਅਤੇ ਸੁਲਤਾਨ ਦੇ ਆਰਥਿਕ ਸੁਧਾਰਾਂ ਦੇ ਕਾਰਨ ਕੀ ਆ, ਸੁਲਤਾਨ ਦੀ ਸ਼ਕਤੀ ਅਤੇ ਪ੍ਰਤਿਸ਼ਠਾ ਦੇ ਵਿੱਚ ਵਾਧਾ ਹੋਇਆ। ਦਲਾਲਾਂ ਅਤੇ ਦੁਕਾਨਦਾਰਾਂ ਨੂੰ ਕਠੋਰ ਦੰਦ ਦੇ ਕਾਰਨ ਅਮੀਰ ਅਤੇ ਸਰਦਾਰਾਂ ਦੇ ਵਿੱਚ ਵੀ ਜਿਹੜੀ ਉਹ ਭੈਭੀਤ ਹੋ ਗਏ, ਜਿਸ ਕਰਕੇ ਉਹ ਕੁਛ ਵੀ ਕਿਸੇ ਵੀ ਤਰੀਕੇ ਨਾਲ ਲੋਕਾਂ ਦਾ ਸ਼ੋਸ਼ਣ ਕਰਨ ਦੀ ਸੋਚਦੇ ਨਹੀਂ ਸੀ, ਤਾਂ ਆਮ ਜਨਤਾ ਦੇ ਵਿੱਚ ਜਿਹੜੇ ਕਿ ਸੁਲਤਾਨ ਦੀ ਪ੍ਰਤਿਸ਼ਠਾ ਵੱਧ ਗਈ।
ਅਤੇ ਆਰਥਿਕ ਸੁਧਾਰਾਂ ਅਲੱਗ ਨਹੀਂ ਖਿਲਾਰ ਸੁਧਾਰਾਂ ਦੀ ਇਹਦੀ ਇਹ ਜਿਹੜੀ ਸੁਧਾਰ ਨੇ ਉਹਦੀ ਮਹਾਨ ਸਫਲਤਾ ਸਮਝੇ ਜਾਂਦੇ ਨੇ। ਠੀਕ ਹੈ, ਇਹਨਾਂ ਸੁਧਾਰਾਂ ਦੇ ਕਾਰਨ ਸੁਲਤਾਨ ਨੂੰ ਮੱਧ ਕਾਲੀਨ ਇਤਿਹਾਸ ਵਿੱਚ ਇੱਕ ਮਹਾਨ ਅਰਥ ਸ਼ਾਸਤਰੀ ਹੋਣ ਦਾ ਵੀ ਸਿਹਰਾ ਪ੍ਰਾਪਤ ਹੈ। ਹਾਂਜੀ, ਮੱਧ ਕਾਲੀਨ ਦਾ ਅਰਥ ਸ਼ਾਸਤਰੀ ਮਹਾਨ ਕਿਹੜਾ? ਅਲਾਉਦੀਨ ਖਿਲਜੀ। ਹੁਣ ਆਰਥਿਕ ਸੁਧਾਰਾਂ ਦੇ ਦੋਸ਼ ਕੀ ਨਿਕਲੇ? ਠੀਕ ਹੈ, ਅਤੇ ਇਹਦੇ ਨਾਲ ਇੱਕ ਤਾਂ ਕੀ ਹੋ ਗਿਆ, ਆਮ ਜਿਹੜੀ ਜਨਤਾ ਦੇ ਜੀਵਨ ਨੂੰ ਸੁਖੀ ਬਣਾਉਣਾ ਨਹੀਂ ਸੀ, ਕਿਉਂਕਿ ਇਹ ਸੁਧਾਰਾਂ ਦਾ ਕੇਵਲ ਕੀ ਸੀ, ਸੈਨਿਕਾਂ ਨੂੰ ਜ਼ਿਆਦਾ ਲਾਭ ਹੋਇਆ, ਆਮ ਜਨਤਾ ਨੂੰ ਨਹੀਂ। ਠੀਕ ਹੈ, ਅਤੇ ਅੱਗੇ ਸੀ ਜਿਵੇਂ ਸੈਨਿਕਾਂ ਨੂੰ ਇਹਨਾਂ ਤੋਂ ਜ਼ਿਆਦਾ ਲਾਭ, ਇਹ ਸੁਧਾਰ ਤਾਂ ਕੇਵਲ ਸੈਨਿਕਾਂ ਦੇ ਉਦੇਸ਼ ਦੇ ਨਾਲ ਕੀਤੇ ਗਏ, ਸੈਨਿਕਾਂ ਨੂੰ ਵੀ ਇਹਨਾਂ ਤੋਂ ਜ਼ਿਆਦਾ ਬਹੁਤਾ ਲਾਭ ਨਾ ਹੋਇਆ, ਕਿਉਂਕਿ ਚੀਜ਼ਾਂ ਦੀਆਂ ਵਸਤੂਆਂ ਚੀਜ਼ਾਂ ਦੀ ਜਿਹੜੀ ਬਹੁਤ ਸਸਤੀਆਂ ਮਿਲਦੀਆਂ ਸੀ, ਪਰੰਤੂ ਸੈਨਿਕਾਂ ਦੀ ਤਨਖਾਹ ਵੀ ਬਹੁਤ ਘੱਟ ਸੀ। ਇੱਕ ਸਿੱਕੇ ਦੇ ਵਿੱਚ ਪਸ਼ੂ ਖਰੀਦਿਆ ਜਾ ਸਕਦਾ ਸੀ, ਪਰੰਤੂ ਸਿੱਕਾ ਕਿੱਥੋਂ ਆਵੇ? ਇਹੀ ਸੈਨਿਕਾਂ ਦੀ ਅਸਲੀ ਸਮੱਸਿਆ ਸੀ। ਅਲਾਉਦੀਨ ਖਿਲਜੀ ਦੇ ਆਰਥਿਕ ਸੁਧਾਰ ਸਾਰੇ ਸਾਮਰਾਜ ਦੇ ਵਿੱਚ ਨਹੀਂ ਸੀ, ਬਲਕਿ ਦਿੱਲੀ ਅਤੇ ਦਿੱਲੀ ਦੇ ਆਸ ਪਾਸ ਦੇ ਪ੍ਰਦੇਸ਼ਾਂ ਦੇ ਵਿੱਚ ਸੀ, ਜਿਸ ਕਰਕੇ ਸਾਰੇ ਲੋਕਾਂ ਨੂੰ ਇਹਦਾ ਲਾਭ ਨਾ ਪਹੁੰਚਿਆ। ਅਤੇ ਇਹਨਾਂ ਸੁਧਾਰਾਂ ਨਾਲ ਦੇਸ਼ ਦੇ ਵਪਾਰ ਨੂੰ ਹਾਨੀ ਹੋਈ, ਕਿਉਂਕਿ ਚੀਜ਼ਾਂ ਦੇ ਭਾਅ ਜਦੋਂ ਨਿਸ਼ਚਿਤ ਹੋ ਗਏ ਤਾਂ ਵਪਾਰੀ ਵਰਗ ਸੀ, ਜਿਹੜੇ ਦੁਕਾਨਦਾਰ ਵਰਗ ਸੀ, ਉਹਨਾਂ ਨੂੰ ਜ਼ਿਆਦਾ ਧਨ ਕਮਾਉਣਾ ਉਹਦੇ ਲਈ ਉਹਨਾਂ ਲਈ ਅਸੰਭਵ ਹੋ ਗਿਆ, ਅਤੇ ਉਹਨਾਂ ਨੇ ਆਪਣੇ ਇੰਟਰਸਟ ਲੈਣਾ ਇਹਦੇ ਵਿੱਚ, ਵਪਾਰ 'ਚ ਘੱਟ ਕਰਤਾ। ਅੱਗੇ ਸੀ ਕਿਸਾਨਾਂ ਉੱਤੇ ਵੀ ਇਹਨਾਂ ਦਾ ਸੁਧਾਰਾਂ ਦਾ ਬੁਰਾ ਪ੍ਰਭਾਵ ਪਿਆ, ਕਿਉਂਕਿ ਉਹਨਾਂ ਦੀ ਹਾਲਤ ਤਰਸਯੋਗ ਹੋ ਗਈ। ਇੱਕ ਤਾਂ ਉਹਨਾਂ ਨੂੰ ਉਪਜ ਦਾ ਅੱਧਾ ਭਾਗ ਭੂਮੀ ਟੈਕਸ ਦੇ ਰੂਪ ਦੇ ਵਿੱਚ ਦੇਣਾ ਪਿਆ, ਦੂਜਾ ਉਹਨਾਂ ਦੇ ਅਨਾਜ ਵੀ ਬਹੁਤ ਸਸਤੇ ਮੁੱਲ 'ਤੇ, ਕਿਉਂਕਿ ਜਿਹੜੇ ਅਨਾਜ ਖਰੀਦੇ ਜਾਂਦੇ ਸੀ ਕਿਸਾਨਾਂ ਕੋਲੋਂ, ਉਹ ਵੀ ਉਹਨਾਂ ਨੂੰ ਸਸਤੇ ਮੁੱਲ 'ਤੇ ਖਰੀਦੇ ਜਾਂਦੇ ਸੀ। ਅਤੇ ਅੱਗੇ ਹੈ ਅਲਾਉਦੀਨ ਖਿਲਜੀ ਨੇ ਵਪਾਰੀਆਂ ਦੇ ਦਲਾਲਾਂ ਦਾ ਕਠੋਰਤਾ ਨਾਲ ਵਿਵਹਾਰ ਕਰਦੇ ਸੀ, ਜਿਸ ਕਰਕੇ ਉਹ ਆਪਣੀ ਮੌਤ ਲਈ ਹੀ ਪ੍ਰਾਰਥਨਾ ਕਰਨ ਲੱਗ ਜਾਂਦੇ ਸੀ। ਅਤੇ ਅਲਾਉਦੀਨ ਖਿਲਜੀ ਦੇ ਆਰਥਿਕ ਸੁਧਾਰ ਅਸਥਾਈ ਸਿੱਧ ਹੋਏ, ਕਿਉਂਕਿ ਉਸਦੀ ਮੌਤ ਦੇ ਨਾਲ ਹੀ ਇਹ ਆਰਥਿਕ ਸੁਧਾਰ ਜਿਹੜੇ ਕਿ ਸਮਾਪਤ ਹੋ ਗਏ। ਸੋ ਇਹ ਸੀ ਅਲਾਉਦੀਨ ਖਿਲਜੀ ਵਾਲਾ ਟੋਪਿਕ। ਥੈਂਕਸ।